ਲੋਕ ਸੰਗਰਾਮ ਮੋਰਚੇ ਵੱਲੋਂ ਅੱਜ ਬਠਿੰਡਾ ਦੇ ਟੀਚਰ ਹੋਮ ਵਿਖੇ ਜਾਤੀਵਾਦ ਨੂੰ ਲੈ ਕੇ ਕੀਤੀ ਗਈ ਇੱਕ ਕਨਵੈਨਸ਼ਨ। ਇਸ ਮੌਕੇ ਬੁਲਾਰਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਇਨਸਾਨਾਂ ਦੀ ਕਦਰ ਕਰਨੀ ਚਾਹੀਦੀ, ਜਾਤੀਵਾਦ ਤੋਂ ਉੱਪਰ ਉੱਠ ਕੇ ਇਨਸਾਨਾਂ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਇਨਸਾਨ ਹੀ ਸਭ ਕੁਛ ਹੈ ਜੋ ਹੈ। ਇੱਥੇ ਜਾਤੀਵਾਦ ਨੂੰ ਇਸ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਉਭਾਰਿਆ ਜਾ ਰਿਹਾ, ਜਿਵੇਂ ਡਿਪਟੀ ਸੀਐਮ ਨੂੰ ਲੈ ਕੇ ਜ਼ਿਆਦਾਤਰ ਉਹਨਾਂ ਦੀ ਜਾਤੀ ਪ੍ਰਤੀ ਸ਼ਬਦ ਬੋਲੇ ਜਾ ਰਹੇ ਹਨ, ਅਤੇ ਇਸ ਨੂੰ ਇਸ ਦੀ ਅਸੀਂ ਪੂਰਨ ਤੌਰ 'ਤੇ ਨਿਖੇਧੀ ਕਰਦੇ ਹਾਂ। ਅਤੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਜਾਤੀਵਾਦ ਤੋਂ ਉੱਪਰ ਉੱਠ ਕੇ ਇਨਸਾਨਾਂ ਨੂੰ ਜ਼ਿਆਦਾ ਉਭਾਰਿਆ ਜਾਵੇ। ਅੱਜ ਲੋਕ ਸਰਾਮ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ, ਅੱਡ ਅੱਡ ਜਿਹੜੇ ਲੋਕ ਜਾਤਾਂ 'ਚ ਵੰਡੇ ਨੇ ਉਹਨੂੰ ਇੱਕ ਜਮਾਤ 'ਚ ਪਰੋਇਆ ਜਾਵੇ। ਉਹ ਜਮਾਤ ਜਿਹੜੀ ਕਿਰਤੀਆਂ ਦੀ ਜਮਾਤ ਹੈ, ਇੱਕ ਜਮਾਤ ਉਹ ਹੈ ਜਿਹੜੀ ਇਸ ਵੇਲੇ ਸਾਰੇ ਸਿਸਟਮ 'ਤੇ ਕਾਬਜ ਹੋ ਕੇ ਲੋਕਾਂ ਨੂੰ ਵੰਡ ਰਹੀ ਹੈ, ਲੋਕਾਂ ਨਾਲ ਧੱਕੇ ਤੋੜੇ ਹੋ ਰਹੇ ਨੇ। ਔਰ ਅੱਜ ਜੇ ਅਸੀਂ ਇੱਕ ਗੱਲ ਹਦਾਰਨ ਵਜੋਂ ਕਹਿਣੀ ਹੋਵੇ ਤਾਂ ਮਜ਼ਦੂਰ ਨੂੰ ਜਾਂ ਥੱਲੇ ਜਾਤ 'ਚੋਂ ਉੱਠ ਕੇ ਕੋਈ ਉੱਪਰ ਆ ਜਾਵੇ ਤਾਂ ਅੱਜ ਵੀ ਅਸੀਂ ਇੱਕੋ ਇੱਕ ਉਦਾਹਰਨ ਪਹਿਲਾਂ ਦੀ ਵੀ ਹੈਗੀ ਹੈ, ਹੁਣ ਭੁਗਤਾ ਸਕਦੇ ਹਾਂ। ਚੰਨੀ ਨੂੰ ਦਿਲਤ 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 ਕਹਿ ਕੇ ਇੰਨਾ ਨਮੋਸ਼ਿਸ਼ ਝੱਲਣੀ ਪਈ, ਸਾਰੀ ਮੀਡੀਆ ਨੂੰ ਇਹ ਫਟਕਾਰ ਇੱਕ ਵਾਰੀ ਲੱਗੀ ਵੀ ਅਰੇ ਕੋਈ ਵੱਖਰੀ ਗੱਲ ਨਹੀਂ, ਇੱਕ ਇਨਸਾਨ ਹੈ। ਅਸੀਂ ਸਮਝਦੇ ਹਾਂ ਕਿ ਧਰਤੀ 'ਤੇ ਜੋ ਪੈਦਾ ਹੋਇਆ ਉਹ ਸਾਰੇ ਮਨੁੱਖ ਨੇ, ਅਤੇ ਮਨੁੱਖਾਂ ਨੂੰ ਮਨੁੱਖਤਾ ਦੇ ਦਹਾਰ ਦੇ ਉੱਤੇ ਖੜ੍ਹੇ ਕਰਨ ਦੀ ਲੋੜ ਹੈ। ਤਾਂ ਹੀ ਜਾਤੀ ਹਾਲਾਤ ਜਿਹੜੇ ਸਾਡੀਆਂ ਜਮਾਤਾਂ ਦੇ ਵਿੱਚ ਪਰੋਏ ਜਾਣਗੇ ਤਾਂ ਹੀ ਮਨੁੱਖਤਾ ਅੱਗੇ ਆਊਗੀ। ਇਹੀ ਸਾਡਾ ਅੱਜ ਦਾ ਮਿਸ਼ਨ ਹੈ ਕਿ ਅਸੀਂ ਲੋਕਾਂ ਨੂੰ ਜਾਤ ਆਧਾਰ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਲਈ ਖੜ੍ਹੇ ਕਰੀਏ। ਇਹੀ ਸਾਡੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਮੀਡੀਆ ਦੇ ਵਿੱਚ ਚੰਨੀ ਨੂੰ ਦਲਿਤ ਦਲਿਤ ਕਹਿ ਕੇ ਬੁਲਾਇਆ ਗਿਆ, ਲੇਕਿਨ ਇਹ ਜਿਹੜਾ ਦਲਿਤ ਵਾਲਾ ਵਰਡਿੰਗ ਸੀਗੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ। ਮੀਡੀਆ ਉਹੀ ਗੱਲ ਕਰੂਗੀ ਜਿਹੜੀ ਪੰਜਾਬ ਸਰਕਾਰ ਵੱਲੋਂ ਵਰਡਿੰਗ ਕਹੀ ਗਈ। ਚਲੋ, ਮੇਰਾ ਇਹ ਹੈਗਾ ਵੀ ਅਸਲ 'ਚ ਜੇ ਕਿਸੇ ਦੀ ਕੋਈ ਜਾਤ ਹੋਵੇ, ਜਿਹੜਾ ਮਨੁੱਖ ਇਸ ਧਰਤੀ 'ਤੇ ਪੈਦਾ ਹੋਇਆ ਅਤੇ ਉਹ ਡਿਵੈਲਪਮੈਂਟ ਹੋਇਆ ਚਾਹੇ ਸਰਮਾਏਦਾਰੀ ਐਂਗਲ ਤੋਂ ਹੋਇਆ, ਪਰ ਉਹਦੀ ਇਸ ਤਰ੍ਹਾਂ ਦੀ ਤੁਹੀਨ ਨਹੀਂ ਹੋਣੀ ਚਾਹੀਦੀ। ਔਰ ਸਾਡੀ ਅੱਜ ਸਮਾਜ ਦੇ ਅੰਦਰ ਲਗਾਤਾਰ ਜਿਹੜਾ ਹੈਗਾ ਇਸ ਕਿਸਮ ਦੇ ਜਾਤੀ ਵਿਤਕਰੇ ਜਿਹੜੇ ਪਏ ਨੇ ਉਹਨੂੰ ਦੂਰ ਕਰਨ ਦੀ ਲੋੜ ਹੈ। ਜਿੰਨੀ ਛੇਤੀ ਜਿਹੜੀ ਵੀ ਜਨਤਾ ਦੂਰ ਕਰ ਲਏਗੀ ਉਨੀ ਛੇਤੀ ਜਨਤਾ ਚੇਤਨ ਹੋ ਕੇ ਅੱਗੇ ਵਧੇ। ਮੇਰਾ ਨਾਮ ਤਾਰਾ ਸਿੰਘ, ਮੈਂ ਸੂਬਾ ਪ੍ਰਧਾਨ ਲੋਕ ਸੰਗਰਾਮ ਮੋਰਚਾ। ਅੱਜ ਲੋਕ ਸੰਗਰਾਮ ਮੰਚ ਵੱਲੋਂ ਜਾਤੀ ਸਵਾਲ ਦੇ ਉੱਤੇ ਇਹ ਵਿਚਾਰ ਗੋਸ਼ਟੀ ਰੱਖੀ ਆ, ਕਿਉਂਕਿ ਜਾਤ ਪਾਤ ਦਾ ਜਿੰਨਾ ਹਿੰਦੁਸਤਾਨ ਦੇ ਵਿੱਚ ਹੈਗਾ ਇਹ ਸਮਝਣ ਵਾਲੀ ਲੋੜ ਹੈ ਵੀ ਜਾਤੀ ਸਵਾਲ ਨੂੰ ਆਪਾਂ ਕਿਵੇਂ ਲੈਣਾ। ਕਈ ਜਥੇਬੰਦੀਆਂ ਜਾਂ ਪਾਰਟੀਆਂ ਜਾਤੀ ਸਵਾਲ ਨੂੰ ਇਸ ਤਰ੍ਹਾਂ ਲੈਂਦੀਆਂ ਜਿਵੇਂ ਇਹ ਉਸਾਰ ਢਾਂਚੇ ਦੇ ਵਿੱਚ ਇਹਦੀ ਜੜ ਹੈ। ਉਸਾਰ ਢਾਂਚੇ ਦੇ ਵਿੱਚ ਤਬਦੀਲੀਆਂ ਲਈ ਉਹ ਫਿਰ ਪਾਰਲੀਮੈਂਟ 'ਚ ਜਾਂਦੀਆਂ ਜਾਂ ਇਸ ਤਰ੍ਹਾਂ ਦੇ ਕੰਮ ਕਰਦੀਆਂ, ਪਰ ਇਹਦੀ ਜੜ ਜਿਹੜਾ ਬੇਸ ਹੈ ਜਿਹਦੇ ਵਿੱਚ ਵੱਡੀਆਂ ਜਮਾਤਾਂ ਬੈਠੀਆਂ, ਲੁਟੇਰੀਆਂ ਜਮਾਤਾਂ ਬੈਠੀਆਂ, ਇਹਦਾ ਬੇਸ ਉਹਨਾਂ ਵਿੱਚ ਵੀ ਆ। ਜਾਗੀਰਦਾਰ ਹੋਏ, ਸਾਮਰਾਜ ਹੋਇਆ, ਦਲਾਲ ਸਰਮਾਏਦਾਰੀ ਹੋਈ, ਇਹਦਾ ਬੇਸ ਉਹਦੇ ਵਿੱਚ ਵੀ ਆ। ਇਸ ਲਈ ਇਹ ਦੋਹਾਂ ਥਾਵਾਂ 'ਤੇ ਓਪਰੇਟ ਕਰਦੀ ਹੈ। ਇਹ ਸਿਸਟਮ ਨੂੰ ਤਬਦੀਲ ਕਰਨਾ ਪੈਣਾ ਹੈ, ਅਤੇ ਜਿਹੜੇ ਜਾਤੀ ਸਵਾਲ ਹੈ ਉਹਨਾਂ ਨੂੰ ਆਪਾਂ ਅਣਗੌਲਿਆ ਨਹੀਂ ਕਰ ਸਕਦੇ। ਜਾਤ ਪਾਤ ਦੇ ਨਾਲ ਬਹੁਤ ਵਿਤਕਰੇ ਹੋ ਰਹੇ ਹਾਂ, ਜਿੱਥੇ ਜਾਤ ਪਾਤ ਨਾਲ ਵਿਤਕਰੇ ਹੋ ਰਹੇ ਹਾਂ, ਇਨਕਲਾਬੀ ਲਹਿਰ ਨੂੰ ਉਹਨਾਂ ਨੂੰ ਜਾਤ ਪਾਤ ਦੇ ਮਸਲਿਆਂ ਦੇ ਉੱਤੇ ਵੀ ਲਾਮਦ ਕਰਨਾ ਚਾਹੀਦਾ ਹੈ। ਪਰ ਜਮਾਤੀ ਲੜਾਈ ਹੈ ਜਿਹੜੀ ਉਹ ਅੱਡ ਹੈ, ਜਿੱਥੇ ਲਹਿਰ ਵੱਡੀ ਹੋ ਜਾਂਦੀ ਹੈ ਉੱਥੇ ਜਾਤੀ ਜਮਾਤੀ ਲਹਿਰਾਂ ਇਕੱਠੀਆਂ ਹੋ ਜਾਂਦੀਆਂ, ਉਹ ਪ੍ਰੋਬਲਮਾਂ ਹੱਲ ਵੀ ਕਰਦੇ ਹਾਂ। ਇਸ ਲਈ ਜਾਤੀ ਲਹਿਰ ਅਤੇ ਜਮਾਤੀ ਲਹਿਰ ਇਹ ਦੋ ਚੀਜ਼ਾਂ ਦਾ ਕਿਵੇਂ ਸਮੇਲ ਕਰੀਏ? ਪ੍ਰੋਗਰਾਮ ਹੈ ਇਹ ਕਿਉਂ ਇਹ ਜਨਤਾ ਨੂੰ ਸਪਸ਼ਟ ਕਰਨ ਦੇ ਲਈ ਵੀ ਜਾਤੀ ਸਵਾਲ ਨੂੰ ਆਪਾਂ ਕਿਵੇਂ ਲੈਣਾ, ਉਹਨੂੂੰ ਕਿਵੇਂ ਆਪਣੀ ਲਹਿਰ ਦੇ ਪ੍ਰਸੰਗ ਦੇ ਵਿੱਚ ਜੋੜਨਾ, ਇਹ ਸਮਝਾਉਣ ਦੇ ਲਈ ਜਨਤਾ ਨੂੰ ਅਸੀਂ ਸੈਮੀਨਾਰ ਕਰ ਰਹੇ ਹਾਂ। ਨਹੀਂ, ਜਾਤ ਪਾਤ ਦੇ ਆਧਾਰ 'ਤੇ ਅੱਡ ਜਥੇਬੰਦੀਆਂ ਉਸਰੀ ਜਾਂਦੀਆਂ, BSP ਪਾਰਟੀ ਉਸਰ ਗਈ ਹੈ ਜਿਹੜੀ ਕਹਿੰਦੇ ਸਾਨੂੰ ਪਾਓ ਵੋਟਾਂ ਅਸੀਂ ਸਾਰਾ ਕੁਝ ਤਬਦੀਲ ਕਰ ਦਾਂਗੇ, ਪਰ ਇਹ ਨਹੀਂ ਹੋਣਾ ਇਸ ਤਰ੍ਹਾਂ। ਇਨਕੇ ਕ੍ਰਾਂਤੀਕਾਰੀ ਲਈ ਤੁਹਾਡੇ ਵੱਲੋਂ ਜਾਗਰੂਕ ਮੁਹਿੰਮ ਚਲਾਈ? ਹਾਂ, ਜਾਗਰੂਕ ਇਹਨਾਂ ਜਨਤਾ ਨੂੰ ਜਾਗਰੂਕ ਕਰਨ ਲਈ ਵੀ ਆਪਾਂ ਨੂੰ ਜਾਤੀ ਸਵਾਲ ਨੂੰ ਕਿਵੇਂ ਲੈਣਾ ਚਾਹੀਦਾ, ਉਸ ਦੇ ਪ੍ਰਸੰਗ ਦੇ ਵਿੱਚ ਕਿਵੇਂ ਲੜਾਈ ਲੜਨੀ ਚਾਹੀਦੀ ਹੈ, ਉਹਦੇ ਲਈ ਜਾਗਰੂਕ ਕਰਨ ਦੇ ਲਈ ਅਸੀਂ ਇਹ ਸੈਮੀਨਾਰ ਕਰ ਰਹੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।